ਗੁੱਡ ਮਾਰਨਿੰਗ ਸਟੂਡੈਂਟਸ ਕਲਾਸ 8th ਸਬਜੈਕਟ ਪੰਜਾਬੀ ਬੇਟਾ ਮੈਂ ਤੁਹਾਡੇ ਸਾਹਮਣੇ ਕੁਝ ਤਸਵੀਰਾਂ ਲੈ ਕੇ ਪੇਸ਼ ਹੋਈਆਂ ਤੁਸੀਂ ਇਹਨੂੰ ਧਿਆਨ ਦੇ ਨਾਲ ਦੇਖੋ ਤੇ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਅੱਜ ਆਪਣਾ ਪੰਜਾਬੀ ਦਾ ਵਿਸ਼ਾ ਉਹ ਕੀ ਹੋ ਸਕਦਾ ਹਾਂਜੀ ਬੇਟਾ ਅੱਜ ਆਪਾਂ ਕਰਾਂਗੇ ਆਪਣੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਨੌਵੀਂ ਕਵਿਤਾ ਪੰਜਾਬ ਜਿਵੇਂ ਕਿ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ 1 2 8 ਲੈਸਨ ਆਲਰੇਡੀ ਕਰ ਲਏ ਅੱਜ 9th ਕਵਿਤਾ ਪੰਜਾਬ ਜੋ ਕਿ ਧਨੀ ਰਾਮ ਛਾਤਰੀਕ ਦੁਆਰਾ ਰਚਿਤ ਹੈ ਇਹ ਕਰਾਂਗੇ ਜਿਵੇਂ ਆਪਾਂ ਕਿਸੇ ਉਪਰੇ ਵਿਅਕਤੀ ਨੂੰ ਮਿਲਦੇ ਹਾਂ ਉਹ ਆਪਣਾ ਨਾਂ ਪੁੱਛਦਾ ਨਾਂ ਦੱਸਦੇ ਆ ਮੰਨੋ ਇੰਟਰੋਡਕਸ਼ਨ ਕਰਵਾਉਨੇ ਆ ਤਉ ਪੁੱਛੂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜਾਂ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਹੋ ਆਪਾਂ ਕਹਾਂਗੇ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਆ ਤਾਂ ਆਟੋਮੈਟਿਕਲੀ ਇੱਕ ਪੰਜਾਬੀ ਆ ਉਹ ਪੰਜਾਬ ਦੀ ਸਿਫਤ ਕਰੇ ਬਿਨਾ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਜਿਹੜਾ ਕਵੀ ਧਨੀ ਰਾਮ ਚਾਤਰੀ ਉਹਨੇ ਪੰਜਾਬ ਦੀ ਸਿਫਤ ਕੀਤੀ ਹੈ ਇਸ ਕਵਿਤਾ ਦੇ ਵਿੱਚ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਇਥੋਂ ਦਾ ਜਲ ਹਵਾ ਹਰਿਆਲੀ ਦਰਿਆਮਾਂ ਪਰਬਤਾਂ ਮੈਦਾਨਾਂ ਦੀ ਸਿਫਤ ਕੀਤੀ ਆ ਇਥੋਂ ਦੀਆਂ ਮਟਿਆਰਾਂ ਦੀ ਸਿਫਤ ਕੀਤੀ ਆ ਉਪਿੰਗਾ ਝੂੜਦਿਆਂ ਨੇ ਮਧਾਨੀਆਂ ਰੜਕਦੀਆਂ ਟਿੱਕ ਸੀਤਾ ਕੱਢਦੀਆਂ ਜਾਨੀ ਮੰਨੂ ਓਵਰਾਲ ਉਹਨੇ ਸਾਰੇ ਪੰਜਾਬ ਦਾ ਦ੍ਰਿਸ਼ ਪੇਸ਼ ਕਰਤਾ ਸਾਡੇ ਸਾਹਮਣੇ ਅੱਜ ਆਪਾਂ ਇਹ ਕਵਿਤਾ ਕਰਾਂਗੇ ਹਾਂਜੀ ਬੇਟਾ ਕੋਈ ਵੀ ਆਪਾਂ ਲੈਸਨ ਪੜ੍ਹਦੇ ਆ ਤਾਂ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਕਰਨੇ ਬੇहद ਜ਼ਰੂਰੀ ਨੇ ਤਾਂ ਕਿ ਤੁਸੀਂ ਉਹ ਲੈਸਨ ਪਾਠ ਆ ਚਾਹੀਓ ਕਵਿਤਾ ਵਾ ਉਹਨੂੰ ਈਜ਼ੀਲੀ ਸਮਝ ਸਕੋ ਹਾਂਜੀ ਫਰਸਟ ਤ੍ਰਿ ਤੇਰੀ ਸਮਾਨ ਸਮਾਨ ਸਮਗਰੀ ਹਰੇ올 ਹਰੀਆਬਲ ਛਤਰ ਛਤਰ ਜਵਾਲਾ ਅੱਗ ਦੀ ਲਾਟ ਜਾਂ ਤਪਸ਼ ਆਰਸ਼ੀ ਅਸਮਾਨੀ ਆਕਾਸ਼ੀ ਅਲੋਕਾਰ ਮਟਕ ਮਜਾਜ ਨਖਰਾ ਨਜਾਕਤ ਆਲੀ ਬੱਟੀ ਉੱਚੀ ਬੀੜੇ ਕਪੜੇ ਜਾਂ ਤਾਂਕੇ ਦੇ ਬਣੇ ਹੋਏ ਬਟਨ ਤੁੰਬਦੀ ਹਰੂਣ ਤੁੰਬਦੀ ਛੜਦੀ ਸਿਲਕਾ ਲੋਹਣ ਲਈ ਮੋਲੇ ਨਾਲ ਅਨਾਜ ਕੁੱਟਦੀ ਜਾਂ ਕਹਿ ਸਕਦੇ ਆ ਅਨਾਜ ਨੂੰ ਕੁੱਟਣਾ ਜੋ ਪੁਰਾਣੀ ਸਮੇਂ ਦੇ ਵਿੱਚ ਵੀ ਇਸ ਢੰਗ ਦੇ ਨਾਲ ਕੁੱਟਿਆ ਜਾਂਦਾ ਸੀ ਇਲਾਹੀ ਇਹ ਕਾਰਾਗਾ ਰੱਬੀ বিরਹਾ বিশুড়া ਜਾਂ जुदाई पंजली बंसरी ਵਹਿਣਾ ਖਿਆਲਾਂ ਜਾਂ ਸੋਚਾਂ ਤੁਣਹੰਤਾ ਤੁਣਕਾਰ ਪੈਦਾ ਕਰਦਾ ਤਸ ਦੀ ਖੁਬ ਦੇ ਮੱਖਿਓ ਮੱਖਿਓ ਜਾਂ ਸ਼ਹਿਦ ਸ਼ਹਿਦ ਇੱਥੇ ਬੋਲੀ ਨੂੰ ਕਿਹਾ ਗਿਆ ਕਿ ਪੰਜਾਬੀ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਆ ਸ਼ਾਬੇਲਾ ਸਵੇਰਤਾ ਭੋਜਨ ਪੱਤੀ ਖੇਤਾਂ ਵਿੱਚ ਲਿਆਂਦਾ ਭੋਜਨ ਜੋ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਖੇਤਾਂ ਦੇ ਵਿੱਚ ਕੰਮ ਕਰਦੇ ਕਿਸਾਨ ਦਾ ਭੋਜਨ ਲੈ ਕੇ ਜਾਂਦੀਆਂ ਸਨ ਨਿਆਰਾ ਵੱਖਰਾ ਆਪਣਾਤ ਆਪਣਾਪਣ ਹਾਂਜੀ ਬੇਟਾ ਇਸ ਵੀਡੀਓ ਦੇ ਵਿੱਚ ਆਪਾਂ ਜਣੇ ਦੀ ਔਖੇ ਸ਼ਬਦਾਂ ਦੇ ਅਰਥ ਕੀਤੇ ਨੈਕਸਟ ਆਪਾਂ ਕਵਿਤਾ ਸ਼ੁਰੂ ਕਰਾਂਗੇ ਓਕੇ ਥੈਂਕ ਯੂ